ਇਹ ਸਾਡੇ ਕੋਲ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ। ਕੱਲ੍ਹ ਸ਼ਾਮ ਨੂੰ ਰਾਤ ਨੂੰ ਆਇਆ 11:40 'ਤੇ। ਡਾਕਟਰ ਵਰੁਣ ਨੇ ਦੇਖਿਆ ਕਿ ਮੇਰੀ ਗੱਲ ਵੀ ਹੋਈ ਉਹਨਾਂ ਨਾਲ, ਉਹਨਾਂ ਨੇ ਫਸਟ ਏਡ ਦੇ ਕੇ MLR ਕੱਟ ਦਿੱਤੀ ਹੈ ਇਹਦੀ। ਬਾਕੀ ਸਿਰ 'ਤੇ ਸੱਟ ਹੈਗੀ ਹੈ, ਟਾਂਕੇ ਲਾਏ ਗਏ ਨੇ, ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀਆਂ, ਫਰਦਰ ਇਲਾਜ ਚੱਲ ਰਿਹਾ। ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ, ਪੇਸ਼ੈਂਟ ਸਟੇਬਲ ਹੈ, ਪੇਸ਼ੈਂਟ ਸਟੇਬਲ ਹੈ, ਕੋਈ ਸੀਰੀਅਸ ਹੈ ਨਹੀਂ। ਇੱਥੇ ਇਲਾਜ ਪੋਸੀਬਲ ਹੈਗਾ, ਤਾਂ ਕੋਸ਼ਿਸ਼ ਹੈ ਸਾਡੀ, ਜੇ ਕੋਈ ਦਿੱਕਤ ਆਉਂਦੀ ਵੀ ਹੈ ਫਿਰ ਇਸ ਹਿਸਾਬ ਨਾਲ ਸਾਨੂੰ ਇਨਫੋਰਮ ਕੀਤਾ ਜਾਵੇਗਾ। ਇਹ ਸਾਡੇ ਕੋਲ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ। ਕੱਲ੍ਹ ਸ਼ਾਮ ਨੂੰ ਰਾਤ ਨੂੰ ਆਇਆ 11:40 'ਤੇ। ਡਾਕਟਰ ਵਰੁਣ ਨੇ ਦੇਖਿਆ ਕਿ ਮੇਰੀ ਗੱਲ ਵੀ ਹੋਈ ਉਹਨਾਂ ਨਾਲ, ਉਹਨਾਂ ਨੇ ਫਸਟ ਏਡ ਦੇ ਕੇ MLR ਕੱਟ ਦਿੱਤੀ ਹੈ ਇਹਦੀ। ਬਾਕੀ ਸਿਰ 'ਤੇ ਸੱਟ ਹੈਗੀ ਹੈ, ਟਾਂਕੇ ਲਾਏ ਗਏ ਨੇ, ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀਆਂ, ਫਰਦਰ ਇਲਾਜ ਚੱਲ ਰਿਹਾ। ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ, ਪੇਸ਼ੈਂਟ ਸਟੇਬਲ ਹੈ, ਪੇਸ਼ੈਂਟ ਸਟੇਬਲ ਹੈ, ਕੋਈ ਸੀਰੀਅਸ ਹੈ ਨਹੀਂ। ਇੱਥੇ ਇਲਾਜ ਪੋਸੀਬਲ ਹੈਗਾ, ਤਾਂ ਕੋਸ਼ਿਸ਼ ਹੈ ਸਾਡੀ, ਜੇ ਕੋਈ ਦਿੱਕਤ ਆਉਂਦੀ ਵੀ ਹੈ ਫਿਰ ਇਸ ਹਿਸਾਬ ਨਾਲ ਸਾਨੂੰ ਇਨਫੋਰਮ ਕੀਤਾ ਜਾਵੇਗਾ। ਇਹ ਸਾਡੇ ਕੋਲ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ। ਕੱਲ੍ਹ ਸ਼ਾਮ ਨੂੰ ਰਾਤ ਨੂੰ ਆਇਆ 11:40 'ਤੇ। ਡਾਕਟਰ ਵਰੁਣ ਨੇ ਦੇਖਿਆ ਕਿ ਮੇਰੀ ਗੱਲ ਵੀ ਹੋਈ ਉਹਨਾਂ ਨਾਲ, ਉਹਨਾਂ ਨੇ ਫਸਟ ਏਡ ਦੇ ਕੇ MLR ਕੱਟ ਦਿੱਤੀ ਹੈ ਇਹਦੀ। ਬਾਕੀ ਸਿਰ 'ਤੇ ਸੱਟ ਹੈਗੀ ਹੈ, ਟਾਂਕੇ ਲਾਏ ਗਏ ਨੇ, ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀਆਂ, ਫਰਦਰ ਇਲਾਜ ਚੱਲ ਰਿਹਾ। ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ, ਪੇਸ਼ੈਂਟ ਸਟੇਬਲ ਹੈ, ਪੇਸ਼ੈਂਟ ਸਟੇਬਲ ਹੈ, ਕੋਈ ਸੀਰੀਅਸ ਹੈ ਨਹੀਂ। ਇੱਥੇ ਇਲਾਜ ਪੋਸੀਬਲ ਹੈਗਾ, ਤਾਂ ਕੋਸ਼ਿਸ਼ ਹੈ ਸਾਡੀ, ਜੇ ਕੋਈ ਦਿੱਕਤ ਆਉਂਦੀ ਵੀ ਹੈ ਫਿਰ ਇਸ ਹਿਸਾਬ ਨਾਲ ਸਾਨੂੰ ਇਨਫੋਰਮ ਕੀਤਾ ਜਾਵੇਗਾ। ਇਹ ਸਾਡੇ ਕੋਲ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ। ਕੱਲ੍ਹ ਸ਼ਾਮ ਨੂੰ ਰਾਤ ਨੂੰ ਆਇਆ 11:40 'ਤੇ। ਡਾਕਟਰ ਵਰੁਣ ਨੇ ਦੇਖਿਆ ਕਿ ਮੇਰੀ ਗੱਲ ਵੀ ਹੋਈ ਉਹਨਾਂ ਨਾਲ, ਉਹਨਾਂ ਨੇ ਫਸਟ ਏਡ ਦੇ ਕੇ MLR ਕੱਟ ਦਿੱਤੀ ਹੈ ਇਹਦੀ। ਬਾਕੀ ਸਿਰ 'ਤੇ ਸੱਟ ਹੈਗੀ ਹੈ, ਟਾਂਕੇ ਲਾਏ ਗਏ ਨੇ, ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀਆਂ, ਫਰਦਰ ਇਲਾਜ ਚੱਲ ਰਿਹਾ। ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ, ਪੇਸ਼ੈਂਟ ਸਟੇਬਲ ਹੈ, ਪੇਸ਼ੈਂਟ ਸਟੇਬਲ ਹੈ, ਕੋਈ ਸੀਰੀਅਸ ਹੈ ਨਹੀਂ। ਇੱਥੇ ਇਲਾਜ ਪੋਸੀਬਲ ਹੈਗਾ, ਤਾਂ ਕੋਸ਼ਿਸ਼ ਹੈ ਸਾਡੀ, ਜੇ ਕੋਈ ਦਿੱਕਤ ਆਉਂਦੀ ਵੀ ਹੈ ਫਿਰ ਇਸ ਹਿਸਾਬ ਨਾਲ ਸਾਨੂੰ ਇਨਫੋਰਮ ਕੀਤਾ ਜਾਵੇਗਾ। ਇਹ ਸਾਡੇ ਕੋਲ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ। ਕੱਲ੍ਹ ਸ਼ਾਮ ਨੂੰ ਰਾਤ ਨੂੰ ਆਇਆ 11:40 'ਤੇ। ਡਾਕਟਰ ਵਰੁਣ ਨੇ ਦੇਖਿਆ ਕਿ ਮੇਰੀ ਗੱਲ ਵੀ ਹੋਈ ਉਹਨਾਂ ਨਾਲ, ਉਹਨਾਂ ਨੇ ਫਸਟ ਏਡ ਦੇ ਕੇ MLR ਕੱਟ ਦਿੱਤੀ ਹੈ ਇਹਦੀ। ਬਾਕੀ ਸਿਰ 'ਤੇ ਸੱਟ ਹੈਗੀ ਹੈ, ਟਾਂਕੇ ਲਾਏ ਗਏ ਨੇ, ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀਆਂ, ਫਰਦਰ ਇਲਾਜ ਚੱਲ ਰਿਹਾ। ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ, ਪੇਸ਼ੈਂਟ ਸਟੇਬਲ ਹੈ, ਪੇਸ਼ੈਂਟ ਸਟੇਬਲ ਹੈ, ਕੋਈ ਸੀਰੀਅਸ ਹੈ ਨਹੀਂ। ਇੱਥੇ ਇਲਾਜ ਪੋਸੀਬਲ ਹੈਗਾ, ਤਾਂ ਕੋਸ਼ਿਸ਼ ਹੈ ਸਾਡੀ, ਜੇ ਕੋਈ ਦਿੱਕਤ ਆਉਂਦੀ ਵੀ ਹੈ ਫਿਰ ਇਸ ਹਿਸਾਬ ਨਾਲ ਸਾਨੂੰ ਇਨਫੋਰਮ ਕੀਤਾ ਜਾਵੇਗਾ। ਇਹ ਸਾਡੇ ਕੋਲ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ। ਕੱਲ੍ਹ ਸ਼ਾਮ ਨੂੰ ਰਾਤ ਨੂੰ ਆਇਆ 11:40 'ਤੇ। ਡਾਕਟਰ ਵਰੁਣ ਨੇ ਦੇਖਿਆ ਕਿ ਮੇਰੀ ਗੱਲ ਵੀ ਹੋਈ ਉਹਨਾਂ ਨਾਲ, ਉਹਨਾਂ ਨੇ ਫਸਟ ਏਡ ਦੇ ਕੇ MLR ਕੱਟ ਦਿੱਤੀ ਹੈ ਇਹਦੀ। ਬਾਕੀ ਸਿਰ 'ਤੇ ਸੱਟ ਹੈਗੀ ਹੈ, ਟਾਂਕੇ ਲਾਏ ਗਏ ਨੇ, ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀਆਂ, ਫਰਦਰ ਇਲਾਜ ਚੱਲ ਰਿਹਾ। ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ, ਪੇਸ਼ੈਂਟ ਸਟੇਬਲ ਹੈ, ਪੇਸ਼ੈਂਟ ਸਟੇਬਲ ਹੈ, ਕੋਈ ਸੀਰੀਅਸ ਹੈ ਨਹੀਂ। ਇੱਥੇ ਇਲਾਜ ਪੋਸੀਬਲ ਹੈਗਾ, ਤਾਂ ਕੋਸ਼ਿਸ਼ ਹੈ ਸਾਡੀ, ਜੇ ਕੋਈ ਦਿੱਕਤ ਆਉਂਦੀ ਵੀ ਹੈ ਫਿਰ ਇਸ ਹਿਸਾਬ ਨਾਲ ਸਾਨੂੰ ਇਨਫੋਰਮ ਕੀਤਾ ਜਾਵੇਗਾ।